ਭਾਈ ਚੱਲ ਉੱਥੇ ਚਲੀ ਜਾ, ਜਿੱਥੇ ਤੇਰਾ ਦੂਜਾ ਸਾਥੀ ਹੈ ਨਾ ਉੱਥੇ ਚਲੀ ਜਾ। ਹਲਾ ਭਾਈ ਦੋਵੇਂ ਜਵਾਨ ਆ ਗਏ ਨੇ ਉਸ ਜਗ੍ਹਾ ਦੇ ਉੱਤੇ ਜਿੱਥੇ ਜਨਾਬ ਮੁਸ਼ਕਿਲ ਕੁਸ਼ਾ ਦੀ ਦਾਤ ਪਾਕ ਤਸ਼ਰੀਫ ਰੱਖਦਾ। ਕਸਾਈ ਦੂਰੋਂ ਵੇਖ ਕੇ ਦਿਲ ਵਿੱਚ ਦਲੀਲ ਕਰਦਾ ਕਿ ਜਾਂ ਤਾਂ ਖੁਦ ਜਨਾਬ ਅਲੀ ਦੀ ਦਾਤ ਪਾਕ ਨੇ ਜਾਂ ਉਹਨਾਂ ਦਾ ਲਗਾ ਲਾਇਆ ਗੁਜ਼ਰੂ। ਸਲਾਮ ਦੁਆ ਤੇ ਹੱਥ ਜੋੜ ਕੇ ਆਰਜ਼ੂ ਕੀਤੀ ਕਿ ਭਾਈ ਜੀ ਤੁਸੀਂ ਮੇਰੇ ਪੀਰ ਦੇ ਸ਼ਹਿਰ ਦੇ ਰਹਿਣ ਵਾਲੇ ਨਾਮੇ ਮੌਲਾ ਸਦਕਾ ਪੀਰ ਦਾ ਕਰਕੇ ਅੱਜ ਦੀ ਰਾਤ ਮੇਰੇ ਘਰ ਚਲੋ, ਮੈਂ ਤੁਹਾਡੀ ਦਾਵਤ ਪਕਾਨਾ, ਮੇਰੀ ਦਾਵਤ ਕਬੂਲ ਕਰੋ। ਜਨਾਬ ਅਲੀ ਦੀ ਦਾਤ ਪਾਕ ਫਰਮਾਉਂਦੇ ਨੇ ਭਾਈ ਠੀਕ ਹੈ ਚੱਲ ਅਸੀਂ ਤੇਰੇ ਨਾਲ ਚੱਲਦੇ ਹਾਂ, ਚੱਲ ਕੇ ਦਾਵਤ ਪਕਾ ਸੀ ਤੇਰੀ ਦਾਵਤ ਕਬੂਲ ਕਰ ਲਈ। ਹਲ ਕਿਸਾ ਉਹ ਤਿੰਨੇ ਰਲ ਕੇ ਘਰ ਕਸਾਈਆਂ ਦੇ ਆਏ ਜੇ ਤੂੰ ਕੱਲਾ ਇਸ ਕੰਮ ਨੂੰ ਲੱਗ ਗਿਆ ਤੇ ਮਹਿਮਾਨਾਂ ਦੀ ਖਿਦਮਤ ਵਿੱਚ ਫਰਕ ਆ ਜਾਵੇ।